ਅਕੇ ਪਹਿਲਾਂ ਉਹਨਾਂ ਨੇ ਮੇਰੇ ਆਫਿਸ ਦੀ ਕੁੰਡੀ ਬੰਦ ਕੀਤੀ ਫਿਰ ਉਹਨਾਂ ਨੇ ਮੇਰਾ ਮੋਬਾਈਲ ਲੈ ਕੇ ਮੋਬਾਈਲ ਭੰਨਿਆ ਫਿਰ ਉਹਨਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਫਿਰ ਉਹਨਾਂ ਨੇ ਕਿਹਾ ਵੀ ਸਾਨੂੰ 50 ਲੱਖ ਦੋ ਮੇ ਡਿਟੇਲ ਘੜਾਹਦੇ ਆ ਮੈਂ ਕਿੰਨੀ ਵਾਰੀ ਜਾ ਕੇ ਆਉਨਾ ਕਿੰਨੀ ਵਾਰੀ ਮਿਲ ਕੇ ਆਇਆ ਉਹਨਾਂ ਦੇ ਪੀਏ ਦਾ ਵੀ ਫਾਰਮ ਨੂੰ ਆਇਆ ਕਈ ਵਾਰੀ ਕਦੇ ਮਾਰ ਦਾਂਗੇ ਮਾਰ ਦੋ ਫਿਰ ਕਹਿੰਦੇ ਅਮਰਤਪਾਲਾ ਲਾ ਕਰਾਂਗੇ ਕੀ ਜਾਂਦੇ ਹੋ ਕਹਿ ਕੇ ਗਏ ਔਖਾ ਪਾਰਿਆ ਹੋ ਕੇ ਸਾਡੇ ਨਾਲ ਉਹ ਮੇਰਾ ਤੱਕੇ ਤੋਂ ਕਹਿੰਦਾ ਮੈਂ ਤੇ ਤੁਹਾਨੂੰ ਨਜਾਇਜ਼ ਪਸਿਆ ਕਰਾਂਗਾ ਕਰਨਾ ਕਰਾਣਾ ਦਾ ਤੁਹਾਨੂੰ ਪਤਾ ਹੀ ਆ ਮੁੱਸੇ ਦਾ ਵੀ ਕੀ ਕਰਨਾ ਕਰਾਣਾ ਦਾ ਕੀ ਹੈ ਸਰਕਾਰ ਇਹ ਗੱਲ ਹੈਗੀ ਹੈ ਇਨਸਾਫ ਦੀ ਸਾਡੇ ਨਾਲ ਸਰੋਸਰੀ ਤੱਕਾ ਹੋ ਰਿਹਾ ਮੈਨੂੰ ਪਤਾ ਲੱਗ ਰਿਹਾ ਸਾਡੇ ਕੋ ਮੇਰੇ ਕੋ ਫਲੋਤੀ ਦਾ ਬੱਚਾ ਹੋ ਰਿਹਾ ਮੇਰਾ ਰਿਕਾਰਡ ਚੈੱਕ ਕਰ ਲੋ ਕੋਈ 1 ਰੁਪਏ ਦੀ ਕਿਤੇ ਕੋਈ ਚੋਰੀ ਕੀਤੀ ਹੋਵੇ ਅੱਤਕ ਕੋਈ ਫਲੋਤੀ ਦਾ ਹੋਵੇ ਉਸੀ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਸਰਕਾਰ ਦਾ ਸਭ ਤੋਂ ਪਹਿਲਾ ਕੰਮ ਕਿਸੇ ਦਾ ਵੀ ਕੀ ਹੁੰਦਾ ਸਾਡੀ ਜਾਨ ਦੀ ਹਿਫਾਜ਼ਤ ਕਰਨਾ ਪਰ ਸਰਕਾਰ ਦੇ ਵਿੱਚ ਹਾਲ ਇਹ ਆ ਇਸ ਸਮੇ ਕਿ ਜੋ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਜਾਂ ਸਾਬਕਾ ਨੁਮਾਇੰਦੇ ਨੇ ਉਹਨਾਂ ਦੇ ਉੱਤੇ ਵੀ ਅਟੈਕ ਹੋ ਰਿਹਾ ਹੈ ਮਾਨਸਾ ਦੇ ਸਾਬਕਾ ਵਿਧਾਇਕ ਦੇ ਉੱਤੇ ਅਟੈਕ ਹੁੰਦਾ ਲੁਟੇਰੇ ਆਉਂਦੇ ਆ ਤੇ 50 ਲੱਖ ਰੁਪਏ ਦੀ ਫਰੋਤੀ ਤੱਕ ਮੰਗਦੇ ਆ ਪੈਸੇ ਮੰਗਦੇ ਆ ਮੇਰੇ ਨਾਲ ਵਿਧਾਇਕ ਸਾਹਿਬ ਖੁਦ ਨੇ ਇਹਨਾਂ ਨਾਲ ਗੱਲਬਾਤ ਕਰਕੇ ਮੈਂ ਇਹੀ ਸਮਝਣ ਦੀ ਕੋਸ਼ਿਸ਼ ਕਰਦਾ ਵੀ ਹੋਇਆ ਕੀ ਕੋਈ ਅ ਧੰਨਵਾਦ ਜੀ ਸਮਾਂ ਦੇਣ ਦੇ ਲਈ ਕੀ ਘਟਨਾ ਕੀ ਹੋਈ ਹੈ ਜੀ ਇਹ ਸਾਰੀ ਨਵਰੀ ਜੀ ਮੈਂ ਆਪਣੇ ਆਫਿਸ 'ਚ ਬਰੇਟੇ ਬੈਠਾ ਸੀ ਜੀ ਉੱਥੇ ਲਗਭਗ 4 ਵਜੇ ਤਿੰਨ ਲੋਕ ਆਏ ਨੇ ਮੈਂ ਜਾਣ ਲੱਗਿਆ ਸੀ ਉਹ ਆਏ ਕੋਲਕਤ ਕਹਿੰਦੇ ਗੱਲ ਕਰਨੀ ਹੈ ਆਕੇ ਪਹਿਲਾਂ ਉਹਨਾਂ ਨੇ ਮੇਰੇ ਆਫਿਸ ਦੀ ਕੁੰਡੀ ਬੰਦ ਕੀਤੀ। ਅੱਛਾ। ਫਿਰ ਉਹਨਾਂ ਨੇ ਮੇਰਾ ਮੋਬਾਈਲ ਲੈ ਕੇ ਮੋਬਾਈਲ ਭੰਨਿਆ। ਫਿਰ ਉਹਨਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰਤਾ। ਉਦੋਂ ਤੱਕ ਕੁਝ ਵੀ ਗੱਲ ਹੀ ਨਹੀਂ ਹੋਈ ਆਕੇ ਮੋਬਾਈਲ ਭੰਨਿਆ ਸਦੋਂ। ਹਾਂ ਫਿਰ ਕੁੱਟਿਆ। ਹਾਂ। 10-5 ਮਾਰੀ। ਫਿਰ ਉਹਨਾਂ ਨੇ ਕਿਹਾ ਵੀ ਸਾਨੂੰ 50 ਲੱਖ ਦੋ। ਅੱਛਾ। ਹਾਂ। ਵੀ ਸਾਨੂੰ ਅੱਜੇ ਚਾਹੀਦੇ ਨੇ। ਮੈਂ ਮੇਰੇ ਕੋਲ ਤਾਂ 10-5000 ਹੈ। ਜੇ ਮੈਂ ਨਹੀਂ ਪੰਜ ਚਰਦਨਾ ਚ ਪ੍ਰਬੰਧ ਕਰ ਦੂੰ ਉਹਨਾਂ ਨੇ ਮੇਰੇ ਮੂੰਹ ਤੇ ਹੱਥ ਰੱਖ ਲਿਆ ਹੋਰ ਮੈਨੂੰ ਕੁਝ ਸੁਣਿਆ ਨਹੀਂ ਇੱਕ ਮੈਨੂੰ ਲੱਗਿਆ ਮੁੰਡਾ ਵੀ ਵੀਡੀਓ ਬਣਾ ਰਿਹਾ ਸੀ ਉਹ ਸਾਰੀ ਉਸਤੀ ਤੇ ਮੈਂ ਨਾਲ ਜੀ ਲੈ ਕੇ ਜਨੇ ਅਸੀਂ ਉਹ ਤੋਂ ਲੱਤਾਂ ਕੁੱਟ ਕੇ ਕਿਸੇ ਦਾ ਨਾਮ ਲਿਆ ਵੀ ਹਾਂ ਠੀਕ ਹੈ ਤੇ ਕਰਦੇ ਉਹਨਾਂ ਨੇ ਕਹਿੰਦੇ ਮਾਰ ਦਾਂਗੇ ਮਾਰ ਦੋ ਇਹ ਮਾਰਨੀ ਹੈ ਮਾਰ ਦੋ ਖਤਮ ਹੋ ਜੂ ਗੱਲ ਹੈ ਮਾਂ ਦੁਨੀਆ ਮਰਦੀ ਐ ਮੈਨੂੰ ਮਾਰ ਦੋ 5 ਕਿ ਮਿੰਟ ਬਸ ਇਹ ਕੰਮ ਕਰਕੇ ਫਿਰ ਕਹਿੰਦੇ ਅਮਰਤਪਾਲਾ ਲਾ ਕਰਾਂਗੇ ਇਹ ਜਾਂਦੇ ਹੋ ਕੇ ਗਏ ਨੇ ਅੱਛਾ ਕੀ ਕਹਾਂ ਇਹ ਨਹੀਂ ਦੱਸ ਸਕੀ ਕਿ ਬਸ ਜੋ ਸ਼ਬਦ ਬੋਲ ਕੇ ਗਏ ਨੇ ਇਹ ਕਹਿ ਕੇ ਗਏ ਨੇ ਫਿਰ ਉੱਥੋਂ ਹੋ ਭੱਜ ਗਏ ਮੇਰਾ ਡਰਾਈਵਰ ਗੇਟ ਤੇ ਖੜ੍ਹਾ ਸੀ ਮੈਂ ਪਿੱਛੇ ਭੱਜਿਆ ਗੱਡੀ 'ਚ ਬਹਿ ਗਏ ਇਸ ਤਾਂ ਮੈਂ ਪਿੱਛੇ ਸਿਰਫ ਗੱਡੀ ਨੰਬਰ ਦੇਖਾਂ ਨੀ ਜਿਲੋਦੋ ਦਿਮਾਗ ਵੀ ਥੋੜਾ ਜਿਹਾ ਇਧਰ ਉਧਰ ਹੁੰਦਾ ਡਰਾਈਵਰ ਤੋਂ ਵੀ ਨਹੀਂ ਗੱਡੀ ਨੰਬਰ ਨੋਟ ਗਿਆ ਤੇ 23 ਨੰਬਰ ਪੜਿਆ ਗਿਆ ਨੋਵਾ ਸੀ ਕਹਿੰਦਾ ਡਰਾਈਵਰ ਕਹਿੰਦਾ ਗੱਡੀ ਸਟਾਰਟ ਸੀ ਬੰਦ ਨਹੀਂ ਕੀਤੀ ਨਾ ਡਰਾਈਵਰ ਦੇ ਮਨ ਚ ਵੀ ਇਹ ਗੱਡੀ ਸਟਾਰਟ ਕਿਉਂ ਕੀਤੀ ਹੈ ਕੁਦਰਤੀ ਕੋਈ ਹੋਰ ਲੜਕਾ ਰਿਆ ਸੀ ਉਹ ਤੋਂ ਮੋਬਾਈਲ ਲੈ ਕੇ ਐਸਐਚ ਨੂੰ ਕੀਤਾ ਐਸਐਚ ਉਹ ਮੌਕੇ ਤੇ ਉੱਥੇ ਪਹੁੰਚ ਗਿਆ ਰਸਤੇ ਜਿੱਦਨ ਗੱਡੀ ਉਹਨਾਂ ਨੇ ਗੱਡੀ ਘੇਟ ਲਈ ਐਸਐਚ ਨੇ ਫੋਟੋਆਂ ਭੇਜੀਆਂ ਵੀ ਆਹੀ ਨਹੀਂ ਮੈਂ ਖਾਈ ਬਿਲਕੁਲ ਹੀ ਨਹੀਂ ਵਟਸਐਪ ਕੀਤਾ ਸੁਣਿਆ ਵੀ ਦੋ ਭੱਜ ਗਏ ਹੁਣ ਪਤਾ ਨਹੀਂ ਕੀ ਹੈ ਕੀ ਗੱਲ ਤੇ ਦੋ ਫੜ ਲੇ ਪਰ ਇਹ ਪਤਾ ਨਹੀਂ ਵੀ ਸੱਚ ਕੀ ਹੈ ਕੀ ਨਾ ਪਰ ਤੁਸੀਂ ਜਾਣਦੇ ਸੀ ਜਿਹੜੇ ਬੰਦੇ ਆ ਕਿਸੇ ਨੂੰ ਕੋ ਪਛਾਣਦੇ ਨਾ 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 ਬਿਲਕੁਲ ਨਹੀਂ ਸੀ ਉਹਨਾਂ ਨੇ ਕਿਹਾ ਵੀ ਇਹ ਪਤਾ ਨਹੀਂ ਉਹਨਾਂ ਨੇ ਰੈਫਰਟ ਚ ਨਾ ਪਾਇਆ ਵੀ ਆ ਵਿਅਕਤੀ ਅਸੀਂ ਪਤਾ ਕਰ ਲਿਆ ਵੀ ਆ ਵਿਅਕਤੀ ਆਨਸ ਇਹ ਜਿਹੜੀ ਵਿਧਾਇਕ ਦੀ ਗੱਲ ਆ ਜਦੋਂ ਆਪਾਂ ਕਹਿੰਦੇ ਆ ਕਿ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਹਦੀ ਇਕੱਲੀ ਉਹੀ ਵੈਲਿਊ ਹੁੰਦੀ ਹੈ ਵੀ ਜਦੋਂ ਉਹ ਮੌਜੂਦਾ ਹੋਵੇ ਤੇ ਜਦੋਂ ਮੰਨ ਲਓ ਕੱਲ ਨੂੰ ਕੋਈ ਕਿਸੇ ਹੋਰ ਨੂੰ ਚੋਣ ਲੈਂਦੇ ਆ ਉਦੋਂ ਹੁਣ ਪੰਜਾਬ ਦੇ ਬਹੁਤ ਸਾਰੇ ਸਾਬਕਾ ਵਿਧਾਇਕ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸਿਕਿਉਰਿਟੀ ਨਹੀਂ ਦਿੱਤੀ ਆ ਦੇਖੋ ਮੈਨੂੰ ਨਹੀਂ ਮਿਲੀ ਮੈਂ ਸਾਲ ਤੋਂ ਪਹਿਲਾਂ ਲਿਖ ਕੇ ਦਿੱਤਾ ਜਦੋਂ ਸਰਕਾਰ ਨੇ ਐਲਾਨ ਕਰਤਾ ਸੀ ਸਾਬਕਾ ਬਦਕ ਨੂੰ ਸਿਕਿਉਰਿਟੀ ਮਿਲੂ ਐਸਐਸਪੀ ਨੂੰ ਵੀ ਇਹ ਨਵੇਂ ਨਾਨਕ ਸਿੰਘ ਜੀ ਨੂੰ ਇਹ ਕਹਿੰਦੇ ਮੈਂ ਲਿਖ ਕੇ ਭੇਜਿਆ ਹੋਇਆ ਠੀਕ ਹੈ ਤਾਂ ਹਰ ਜਿੰਨੂੰ ਦੇਣੀ ਹੈ ਸਰਕਾਰ ਨੇ ਇੱਕ ਮਿੰਟ ਚ ਦੇ ਦਿੰਦੀ ਹੈ ਐਪਲੀਕੇਸ਼ਨ ਤੁਸੀਂ ਦਿੱਤੀ ہوئی ਹੈ ਬਿਲਕੁਲ ਦਿੱਤੀ ہوئی ਹੈ ਹੁਣ ਮੇਰਾ ਮੋਬਾਈਲ ਟੁੱਟ ਗਿਆ ਨਹੀਂ ਮੈਂ ਤੁਹਾਨੂੰ ਵਟਸਐਪ ਵੀ ਦਿਖਾ ਦਿੰਦਾ ਵਟਸਐਪ ਵੀ ਕੀਤੀ ਹੈ ਐਪਲੀਕੇਸ਼ਨ ਦੀ ਔਰ ਮੇਰਾ ਕਲਰ ਸੀਟ ਵੀ ਲੱਤੀ ہوئی ਹੈ ਡੀਜੀਪੀ ਨੂੰ ਵੀ ਪਹਿਲਾਂ ਸਾਲ ਪਹਿਲਾਂ ਮੇਰੀ ਮੈਡਮ ਨੇ ਪਹਚਾਈ ਹੈ ਓਵਰ ਆਲ ਜਿਹੜਾ ਅੱਜ ਦਾ ਹਮਲਾ ਹੈਗਾ ਕੋਈ ਉਹ ਤੋਂ ਪਹਿਲਾਂ ਕਿਉਂਕਿ ਜੇ ਕੋਈ ਇਹੋ ਜੀ ਗੱਲ ਹੁੰਦੀ ਹੈ ਕਈ ਵਾਰ ਬੰਦਿਆਂ ਨਾਲ ਹੁੰਦਾ ਕਿ ਬੰਦੇ ਨੂੰ ਪਹਿਲਾਂ ਕੋਈ ਧਮਕੀ ਆ ਰਹੀ ਹੁੰਦੀ ਹੈ ਕੋਈ ਫੋਨ ਤੇ ਆਉਂਦੀ ਹੈ ਮਤਲਬ ਕਦੇ ਫੋਨ ਤੇ ਕਿਸੇ ਨਾਲ ਕਦੇ ਨਹੀਂ ਇਹੋ ਜੀ ਮੇਰੇ ਗੁੱਲੇ ਨਹੀਂ ਮੈਂ ਤਾਂ ਕੱਲਾ ਹਰਮਨਾਨ ਕੋਈ ਚੱਕਰੇ ਨਹੀਂ ਪਿੰਡਾ ਚ ਵੀ ਮੇਰੇ ਦਿਮਾਗ 'ਚ ਹੀ ਨਹੀਂ ਯਾਰ ਮੈਂ ਐਜੇ ਕੰਮ ਹੀ ਨਹੀਂ ਕੀਤਾ ਨਹੀਂ ਕੋਈ ਕਿਸੇ ਨਾਲ ਦੇਖੋ ਜਦੋਂ ਸਿਆਸਤ 'ਚ ਹੁੰਦੇ ਆ ਬੰਦੇ ਕਈ ਵਾਰੀ ਕਿਸੇ ਨਾਲ ਲੱਗ ਹੈ ਨਹੀਂ ਹੋਇਆ ਕੰਮ ਹੀ ਨਹੀਂ ਕੀਤਾ ਬਿਲਕੁਲ ਹੀ ਨਹੀਂ ਵੀ ਆਪਾਂ ਇਹ ਜਹਾਜ਼ ਵੀ ਕਬਜ਼ੇ ਕਰਦੇ ਪਰਚੇ ਕਰਾਉਂਦੇ ਤਾਂ ਇੱਕ ਵੀ ਨਹੀਂ ਇਤਿਹਾਸ ਹੈ ਲੋਕਾਂ ਵਾਸਤੇ ਲੜਾਈ ਜ਼ਰੂਰ ਲੜਦੇ ਆ ਇਹ ਵੀ ਇਤਿਹਾਸ ਹੈ ਕਿਸੇ ਨੇ ਸਰਕਾਰ ਵੱਲੋਂ ਜੁੜੇ ਅਧਿਕਾਰੀ ਹੁੰਦੇ ਆ ਪ੍ਰਸ਼ਾਸਨ ਵੱਲੋਂ ਕਿਸੇ ਨੇ ਕੋਈ ਗੱਲ ਹੋਈ ਕੋਈ ਕਿਹਾ ਇਹਦੇ ਬਾਰੇ ਤੁਹਾਡੇ ਨਾਲ ਗੱਲ ਕੀਤੀ ਹੈ ਕੋਈ ਅਪਡੇਟ ਦਿੱਤਾ ਕਰਦੇ ਆ ਜੀ ਮੈਂ ਹੀ ਫੋਨ ਕੀਤਾ ਹੋਰ ਤਾਂ ਕਿਸੇ ਨੇ ਨਹੀਂ ਕਹਿੰਦੇ ਕਰ ਰਹੇ ਆ ਕਰਨਾ ਕਰਾਣਾ ਦਾ ਤੁਲੂ ਪਤੀ ਹੈ ਆ ਮੁੱਸੇ ਦਾ ਵੀ ਕੀ ਕਰਨਾ ਕਰਾਣਾ ਦਾ ਕੀ ਹੈ ਸਰਕਾਰਾਂ ਨੇ ਕੁਛ ਨਹੀਂ ਕਰਨਾ ਕਰਾਣਾ ਭੁੱਲ ਜਿਓ ਸੇਫਟੀ ਕਿੱਥੇ ਬਚਦੀ ਆ ਬੰਦੇ ਦੀ ਕਿੱਥੇ ਮਤਲਬ ਆਪਾਂ 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 ਹਰ ਚੀਜ਼ ਤੇ ਹਨਿਓ ਤੁਹਾਨੂੰ ਜਿਆਦਾ ਪਤਾ ਨਬਰੀ ਜੀ ਤੁਸੀਂ ਪਬਲਿਕ ਚ ਰਹਿੰਦੇ ਹੋ ਤੁਹਾਨੂੰ ਕੱਲੀ ਕੱਲੀ ਗੱਲ ਦਾ ਪਤਾ ਹੈ ਕੱਲੀ ਕੱਲੀ ਗੱਲ ਦਾ ਪਤਾ ਹੈ ਤੁਹਾਨੂੰ ਨਹੀਂ ਮੈਨੂੰ ਮੈਨੂੰ ਜੇ ਤੁਸੀਂ ਨਿੱਜੀ ਤੌਰ ਤੇ ਪੁੱਛਦੇ ਹੋ ਤਾਂ ਮੈਨੂੰ ਤਾਂ ਲੱਗਦਾ ਵੀ ਹੱਥ ਖੜੇ ਹੈ ਪੂਰੀ ਤਰ੍ਹਾਂ ਹੀ ਸਰਕਾਰ ਦੇ ਇਸ ਗੱਲ ਮੈਂ ਤਾਂ ਉਹੀ ਗੱਲ ਹੈ ਪ੍ਰੈਸ ਨੂੰ ਕੱਲੀ ਦੇਖੋ ਪ੍ਰੈਸ ਦੀਆਂ ਵੀ ਕਈ ਦਫਾ ਮਜਬੂਰੀਆਂ ਹੋ ਜਾਂਦੀਆਂ ਹੈ ਪ੍ਰੈਸ ਨੂੰ ਹਰ ਇੱਕ ਗੱਲ ਦਾ ਪਤਾ ਹੈ ਚੰਗੇ ਮਾੜੇ ਬੰਦੇਾਰੇ ਮੇਰੇ ਬਾਰੇ ਵੀ ਪਤਾ ਹੈ ਜੀ ਪ੍ਰੈਸ ਸਹੀ ਕਰੇ ਮੇਰੀ ਬਾਤ ਵੀ ਇਹ ਬੰਦਾ ਕੀ ਕਰਦਾ ਹਰੇਕ ਸਰਕਾਰ ਬਾਰੇ ਹਰੇਕ ਲੀਡਰ ਬਾਰੇ ਪਤਾ ਪ੍ਰੈਸ ਨੂੰ ਪੁਲਿਸ ਨੂੰ ਕੋਈ ਫ੍ਰੀ ਹੈ ਤਾਂ ਹੈ ਨਹੀਂ ਜਦੋਂ ਕੱਲ ਐਡੀ ਵੱਡੀ ਘਟਨਾ ਹੈ ਪੁਲਿਸ ਕੀ ਕਰੂ ਪੁਲਿਸ ਮਾਰਨ ਇਹ ਤਾਂ ਗਲਤ ਮੰਨਦੇ ਜਦੋਂ ਪੁਲਿਸ ਦੀ ਅਸੀਂ ਵਰਦੀ ਨੂੰ ਹੱਥ ਹਰੇਕ ਬੰਦਾ ਪਾ ਲੈਂਦਾ ਪੁਲਿਸ ਕੀ ਕਰੂ ਕੀ ਕਰੂ ਦੱਸੋ ਐਂਡ ਆਫ ਦਿ ਡੇ ਜਿਨ੍ਹਾਂ ਨੂੰ ਲੋਕਾਂ ਨੇ ਥੋੜੇ ਆਪਣਾ ਇਹ ਜਿਹੜਾ ਏਰੀਆ ਐ ਏਡਾ ਵੱਡਾ ਮੰਡੇਟ ਮਿਲਿਆ ਰਿਸਪੌਂਸੀਬਲ ਤਾਂ ਲੋਕ ਹੈਗੇ ਆ ਨਾ ਸਿੱਧੇ ਤੌਰ ਤੇ ਬਿਲਕੁਲ ਹੈਗੇ ਆ ਸਾਡੇ ਲੋਕਾਂ 'ਚ ਕੋਈ ਆਮ ਲੋਕਾਂ 'ਚ ਕੋਈ ਇਦਾਂ ਦੀ ਗੱਲ ਨਹੀਂ ਪੋਲੇ ਪਾਲੇ ਲੋਕ ਨਹੀਂ ਇਹ ਤਾਂ ਕੁਝ ਬੰਦੇ ਨੇ ਮੁੱਠੀ ਪਰ 100 200 ਪੰਜਾਬ 'ਚ ਹੋਰ ਕੁਝ ਨਹੀਂ ਧੰਨਵਾਦ ਗੱਲਬਾਤ ਕਰਨ ਦੇ ਤਾਂ ਸਾਰੀ ਗੱਲ ਇਹ 'ਚ ਇੱਕ ਗੱਲ ਤਾਂ ਬੜੀ ਸਪਸ਼ਟ ਆ ਕਿ ਜੋ ਮਾਹੌਲ ਉਹਦੇ ਵਿੱਚ ਬਹੁਤ ਧਿਆਨ ਦੇ ਨਾਲ ਚੱਲਣ ਦੀ ਲੋੜ ਆ ਚਾਹੇ ਸਰਕਾਰ ਜਿਹੜੀ ਮਰਜੀ ਪਾਰਟੀ ਦੀ ਆ ਪਰ ਇਹ ਨਿੱਜੀ ਤੌਰ ਤੇ ਵੀ ਲੋਕਾਂ ਦੀ ਵੀ ਆਵਾਜ਼ ਇਹੀ ਆ ਕਿ ਬਾਈ ਪਲੀਜ਼ ਸਾਰੇ ਹਾਲਾਤ ਤੇ ਕਾਬੂ ਰੱਖੋ ਜਿਸ ਤਰ੍ਹਾਂ ਲੋਕਾਂ ਦਾ ਆਮ ਲੋਕਾਂ ਦਾ ਤੁਰਨਾ ਵੀ ਗਲੀਆਂ ਦੇ ਵਿੱਚ ਔਖਾ ਹੋਇਆ ਪਿਆ ਇਹ ਕੋਈ ਸੁਖਾਵੇਂ ਹਾਲਾਤ ਨਹੀਂ ਹੈਗੇ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਧੰਨਵਾਦ ਵੈਸ ਜੀ ਦਾ ਖਾਲਸਾ ਵੈਸ ਜੀ ਦੀ ਫਤਿਹ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਆ ਸਾਡਾ ਮੇਰਾ ਪਿੱਖੀ ਤੋਂ ਲੈ ਕੇ ਜਕਰ ਤੱਕ ਥਰੀ ਕਟਿੰਗ ਦਾ ਛੁੱਟੀ ਖਲਟੀ ਦਾ ਇੱਥੇ ਇਲੈਕਟ੍ਰੀਕਲ ਦਾ ਸੀਵਰੇਜ ਬੋਰਡ ਦਾ ਵਾਟਰ ਸਪਲਾਈ ਦਾ ਸਾਰਾ ਕੰਮ ਮੇਰਾ ਉੱਥੇ ਚੱਲਦਾ ਹੈ। ਹੋਰ ਮੈਂ ਉੱਥੇ 40 ਸਾਲਾਂ ਤੋਂ ਕੰਮ ਕਰਦਾ ਹੈ। ਔਰ ਇੱਕ ਸਾਡਾ ਹਨਾ ਹੁਣ ਇਸ ਟਾਈਮ ਮੇਰਾ ਬਰੇਟੇ ਸ਼ਹਿਰੀ ਚ ਵਿੱਚ ਕੰਮ ਚੱਲਦਾ ਹੈ ਸੀਵਰੇਜ ਦਾ। ਉੱਥੇ ਇੱਕ ਐਕਐਮਐਲਏ ਨੇ ਬੰਸਲ ਜੀ ਉਹਨਾਂ ਨੇ ਮੈਨੂੰ ਪਹਿਲਾਂ ਮੈਨੂੰ ਕਾਲਾਂ ਵੀ ਕੀਤੀਆਂ ਮੈਂ ਉਹਨਾਂ ਕੋਲ ਜਾਂਦਾ ਵੀ ਰਿਹਾ ਮਿਲ ਕੇ ਵੀ ਆਇਆ ਉਹਨਾਂ ਦੇ ਮੇਰੀ ਡਿਟੇਲ ਕਢਾ ਲਓ ਫੋਨ ਦੇ ਵਿੱਚ ਮੇਰੀ ਡਿਟੇਲ ਕਢਾ ਲਾਦੇ ਆ ਮੈਂ ਕਿੰਨੀ ਵਾਰੀ ਜਾ ਕੇ ਆਇਆ ਉਹਨਾਂ ਨੂੰ ਕਿੰਨੀ ਵਾਰੀ ਮਿਲ ਕੇ ਆਇਆ ਉਹਨਾਂ ਦੇ ਪੀਏ ਦਾ ਵੀ ਫਾਰਮ ਮੈਨੂੰ ਆਇਆ ਕਈ ਵਾਰੀ ਔਰ ਉਹਨਾਂ ਦੀ ਪਹਿਲਾਂ ਇੱਕ ਮੈਂ 300 ਮੀਟਰ ਦੇ ਲਗਭਗ ਡੀਆਈ ਪਾਈਪ ਪਾਈ ਐ ਮੈਂ ਉਹਨਾਂ ਨੂੰ ਪਹਿਲਾਂ ਉਹਦੀ ਰਿਕਵੈਸਟ ਵੀ ਕੀਤੀ ਵੀ ਸਾਡੀ ਇਹ ਡੀਆਈ ਪਾਈਪ ਜਿੰਨੀ ਹੈਗੀ ਸਾਰੀ ਡੈਮੇਜ ਹੋ ਜਾਣੀ ਐ ਸਾਡਾ ਡ੍ਰੈਗਰ ਦਾ ਕੰਮ ਚੱਲਦਾ ਹੈ ਤੇ ਵੀ ਰਿਕਵੈਸਟ ਹੈ ਇਸ ਨੂੰ ਕਿ ਐਦਾਂ ਹੀ ਤੁਸੀਂ ਅਸੀਂ ਤੁਹਾਡੀ ਕੰਪਰੇਲੀ ਤੌਰ ਤੇ ਇੱਕ ਸਾਈਡ ਤੇ ਕੋਈ ਹੋਰ ਪੈਪ ਪਲਾਸਟਿਕ ਦੀ ਪੈਪ ਅਸੀਂ ਪਾ ਦਨੇ ਆ ਕਿ ਸਾਡੀ ਇਹ ਡੈਮੇਜ ਹੋ ਜੂਗੀ ਸਾਡੇ ਕਿਸੇ ਹੱਥ ਨਹੀਂ ਆਉਣੀ ਹੈਗੀ ਬਸ ਔਖਾ ਪਾਰਿਆ ਹੋ ਕੇ ਸਾਡੇ ਨਾਲ ਉਹ ਬੇਦਰ ਤੱਕੇ ਤੋਂ ਕਹਿੰਦਾ ਮੈਂ ਤੇ ਤੁਹਾਨੂੰ ਲਿਆ ਕੇ ਪਾਸਿਆ ਕਰਾਂਗਾ ਜਾਂ ਵੀ ਮੈਨੂੰ ਸਿਰ ਪੈਪ ਪਾ ਕੇ ਦੇ ਮੈਂ ਚਲੋ ਉਹ ਪੈਪ ਡੀਆਈ ਪੈਪ ਪਾਤੀ ਕਿ ਚਲੋ ਕੋਈ ਗੱਲ ਨਹੀਂ ਹੈਗੀ ਕਿ ਕਿਉਂ ਆਪਾਂ ਨੇ ਪੈਪ ਪਾ ਕੇ ਦੇ ਮੈਂ ਚਲੋ ਉਹ ਪੈਪ ਡੀਆਈ ਪੈਪ ਪਾਤੀ ਕਿ ਚਲੋ ਕੋਈ ਗੱਲ ਨਹੀਂ ਹੈਗੀ ਕਿ ਕਿਉਂ ਆਪਾਂ ਨੇ ਇਸੇ ਕਿਸੇ ਨਾ ਬੰਸਰ ਆ ਕੀ ਕਰਨਾ ਕਿ ਜੋ ਨੁਕਸਾਨ ਹੁੰਦਾ ਕੋਈ ਗੱਲ ਨਹੀਂ ਘਾਟੇ ਬਾਅਦ ਤੇ ਸਾਈਟਾਂ ਤੇ ਚੱਲਦੀ ਹੈ ਉਹ ਤੋਂ ਬਾਅਦ ਅੱਜ ਮੈਨੂੰ ਡੀਐਨਡੀ ਤੇ ਜੈ ਸਾਹਿਬ ਦਾ ਸਵੇਰੇ ਫੋਨ ਆਇਆ ਔਰ ਮਨੂੰ ਮੈਂ ਸਾਈਟ ਤੇ ਗਿਆ ਹਾਂ ਸੀਗਾ ਮਨੂੰ ਉੱਥੇ ਸਾਈਟ ਤੇ ਮਿਲੇ ਵੀ ਉਹਨੂੰ ਕਹਿੰਦੇ ਵੀ ਐਸਡੀਐਮ ਸਾਹਿਬ ਦਾ ਮਨੂੰ ਪ੍ਰੈਸ਼ਰ ਹੈ ਕਿ ਉਹਨੂੰ ਫੋਨ ਆਇਆ ਸੀ ਜੈ ਸਾਹਿਬ ਦਾ ਕਿ ਜਾ ਕੇ ਉਸੇ ਬੰਸਰ ਸਾਹਿਬ ਦੀ ਤਸੱਲੀ ਕਰਾ ਕੇ ਆ ਕਿ ਉਹਦੀ ਉੱਥੇ ਜੋ ਵੀ ਜਰਾ ਕੰਮ ਚੱਲਦਾ ਵੀ ਦੇਖ ਕੇ ਆ ਕਿ ਉਹ ਕਹਿੰਦਾ ਮਨੂੰ ਪ੍ਰੋਬਲਮ ਆ ਰਹੀ ਹੈ ਮੈਂ ਬੰਸਰ ਜੀ ਕੋਲ ਗਿਆ ਉਹ ਬਾਸ ਸਿਕਿਉਰਿਟੀ ਗਾਰਡ ਖੜਾ ਸੀ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਬੰਸਰ ਜੀ ਕਿੱਥੇ ਨੇ ਉਹ ਸਿਕਿਉਰਿਟੀ ਗਾਰਡ ਕਹਿੰਦਾ ਉਹਨਾਂ ਨੇ ਫੋਨ ਕੀਤਾ ਉਹਨਾਂ ਨੂੰ ਸਿਕਿਉਰਿਟੀ ਗਾਰਡ ਨੇ ਉਹ ਕਹਿੰਦਾ ਬੰਸਰ ਜੀ ਅੰਦਰ ਨੇ ਤੇ ਮੈਂ ਅੰਦਰ ਚਲੇ ਗਿਆ ਜਾਂ ਤੋਂ ਬਾਅਦ ਉਹਨੂੰ ਕਹਿੰਦਾ ਵੀ ਜਿਹੜੀ ਮੇਰੀ ਸੀਵਰੇਜ ਹੈ ਮੇਰੇ ਕਹਿੰਦਾ ਉਥੋਂ ਕਾਲਜ ਤੋਂ ਲੈ ਕੇ ਉਹ ਮੇਰੀ ਸਾਰੀ ਪੈਪ ਨਮੀ ਪਾ ਮੈਂ ਕਹਿੰਦਾ ਸਾਡੇ ਐਸਟੀਮੇਟ ਦੇ ਵਿੱਚ ਨਹੀਂ ਮੈਂ ਕਿਵੇਂ ਪਾਉਂਗਾ ਇਹਨੂੰ ਦੇਖੋ ਇਹ ਗੱਲ ਹੈਗੀ ਹੈ ਇਨਸਾਫ ਦੀ ਸਾਡੇ ਨਾਲ ਸਰੋਸਰੀ ਧੱਕਾ ਹੋ ਰਿਹਾ ਮੈਨੂੰ ਪਤਾ ਲੱਗ ਰਿਹਾ ਸਾਡੇ ਕੋ ਮੇਰੇ ਕੋ ਫਲੋਤੀ ਦਾ ਬੱਚਾ ਹੋ ਰਿਹਾ ਮੇਰਾ ਰਿਕਾਰਡ ਚੈੱਕ ਕਰ ਲੋ ਕੋਈ 1 ਰੁਪਏ ਦੀ ਕਿਤੇ ਕੋਈ ਚੋਰੀ ਕੀਤੀ ਹੋਵੇ ਅੱਜ ਤੱਕ ਕੋਈ ਫਲੋਤੀ ਦਾ ਹੋਵੇ ਮੇਰਾ ਵਧੀਆ ਮਹਾਰਾਜ ਕੀ ਪਾਸਾ ਕਾਰੋਬਾਰ ਹੈ ਮੇਰੇ ਆਪੋ ਨੇ ਬੰਕੜ ਹਾਲ ਮੈਲਚ ਪੈਸ ਵੀ ਨੇ